ਆਪਣੀਆਂ ਮਸਤੀਆਂ ਤੂੰ ਲੱਤੀ ਲੈ ਜਾਈਏ ਬਾਜ ਲਓ ਜੀ ਸ਼ੂਟਿੰਗ ਹੋ ਚੱਲੀ ਹੈ ਜੀ ਸਟਾਰਟ ਰੋਲਿੰਗ ਕੈਮਰਾ ਮਸਤ ਮਸਤ ਬਈ ਮਸਤ ਮਸਤ ਬਈ ਮਸਤ ਮਸਤ ਬਈ ਮਸਤ ਮਸਤ ਓ ਮਸਤ ਮਸਤ ਬਈ ਮਸਤ 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 ਬਈ 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 ਮਸਤ ਜੋ ਕਰ ਰਹੇ ਨੇ ਸਭ ਤੁਹਾਨੂੰ ਬਣਾ ਕੇ ਰੱਖਣੇ ਗੱਲ ਤੇ ਅਭੀ ਅਭੀ ਅਬਾਦੇ ਆਪਾ ਨਾਲ ਦੀ ਨਾਲ ਚੱਕਣਾ ਯਾਰ ਸ਼ੈਲੀ ਜਿਹੜਾ ਨਾ ਐਕਚੁਅਲੀ ਤੂੰ ਇੱਥੇ ਬੰਦਾ ਸੀ ਕਿ ਇਹਦਾ ਲੋਹਾ ਇਹਦਾ ਮੂੰਹ ਤਾਂ ਆਇਆ ਨਹੀਂ ਫਾਲਕ ਦੇਖ ਕੇ ਚੇਂਜ ਵੀ ਕਰਾਂਗੇ ਨਾ ਉਹ ਤਾਂ ਹੁਣ ਚੇਂਜ ਹੋਊਗਾ ਹੈਗਾ ਬੋਲੇ ਨਹੀਂ ਜਗ੍ਹਾ ਹੈਗਾ ਤੁਸੀਂ ਆ ਦੇਖੋ ਕਿੱਥੇ ਆਉਣਾ ਹੈ ਆ ਦੇਖੋ ਆ ਦੇਖੋ ਆ ਦੇਖੋ ਜੇ ਉਹ ਪਾਉਣ ਲੱਗ ਕਰਨਾ ਫਿਰ ਉਧਰ ਜਦੋਂ ਇਹਦੀ ਹੁਣ ਇੱਕ ਜਿਹੜਾ ਹੈਗਾ ਉਹ ਏਸੇ ਐਂਗਲ ਤੋਂ ਕੰਪਲੀਟ ਹੋਊਗਾ ਬਾਬਾ ਜੀ ਨੇ ਭੈਣ ਸੰਘਰਸ਼ ਤੇ ਡਰਾਣਾ ਤੁਹਾਨੂੰ ਸੰਘਰਸ਼ ਲੰਬਾ ਲੱਗਣਾ ਤੁਹਾਨੂੰ ਸੈੱਟ ਕਰ ਰਿਹਾ ਫਿਰ ਬਾਅਦ ਚੋਂ ਵਾਪਸ ਸੈੱਟ ਕਰਦਾ ਮੈਂ ਉਧਰ ਨੂੰ ਆਜੋ ਉਧਰ ਨੂੰ ਤੁਸੀਂ ਨਾ ਹਿਲੋ ਤੁਸੀਂ ਨਾ ਹਿਲੋ ਆਹ ਹੁਣ ਫਰੇਮ ਆ ਦੁਬਾਰਾ ਨਹੀਂ ਦੱਸੂਗਾ ਇਹ ਫਿਕਸ ਰੱਖਣਾ ਇਹ ਚੇਂਜ ਨਹੀਂ ਹੋਣਾ ਜਦੋਂ ਡਾਇਲੌਗ ਬੋਲਦਾ ਉਦੋਂ ਮੈਂ ਆਪਣੀ ਉਹ ਕਰਨਾ ਕਿ ਹਾਂ ਤੁਸੀਂ ਕਰੀ ਜਾਣਾ ਮਰਜ਼ੀ ਕਰੀ ਜਾਣਾ ਪਹਿਲਾਂ ਖਤਮ ਤੂੰ ਕਰੀ ਜਾਣਾ ਉਹ ਤਾਂ ਖਤਮ ਹੋ ਗਿਆ ਤੂੰ ਇਹ ਰੱਖੂਗਾ ਨਾ ਉਹ ਨਹੀਂ ਕਰਨਾ ਨਾ ਨਾ ਕਰਨਾ ਉਹ ਫਿਰ ਮਿਕਸਿੰਗ ਨਹੀਂ ਨਾ ਹੋਣੀ ਯਾਰ ਉਹ ਬਹੁਤ ਔਖਾ ਰਹਿਣਾ ਪੂਰਾ ਇਹ ਪੂਰਾ ਇੱਕ ਸ਼ਾਟ ਲੱਗੂਗਾ ਨਹੀਂ ਸੁਣ ਲੱਗੀ ਜਾਂਦਾ ਜੇ ਹੁਣ ਜੱਸੀ ਦਾ ਡਾਇਲੌਗ ਆ ਵੀ ਬਾਬਾ ਜੀ ਕਿਵੇਂ ਮਸਤ ਕਾਚ ਮਸਤ ਉਦੋਂ ਮੈਂ ਤੁਸੀਂ ਇੱਥੇ ਹੀ ਖੜ ਕੇ ਗੱਲ ਸੁਣਨੀ ਹੈ ਕਿ ਮੈਂ ਆਪਦਾ ਕਰੀ ਜਾਣਾ ਕਰੀ ਜਾਣਾ ਜਨਾਬ ਤੁਸੀਂ ਮਸਤ ਹੋ ਤੁਸੀਂ ਮਸਤ ਹੋ ਠੀਕ ਹੈ ਤੁਸੀਂ ਤਾਂ ਕਰੀ ਜਾਣਾ ਦੀ ਗੱਲ ਕਿਵੇਂ ਸੁਣੂ ਯਾਰ ਚੰਗਾ ਸੁਣਨੀ ਹੈ ਓਕੇ ਓਕੇ ਕਨਸੈਂਟਰੇਸ਼ਨ ਪਾਵਰ ਜਿਹੜੀ ਹੈਗੀ ਹੈ ਨਾ ਬਹੁਤ ਆਸਾਨ ਹੈ ਜਾਂ ਦੇ ਉੱਪਰ ਹੀ ਕਰਨਾ ਮੇਰਾ ਬਾਅਦ ਚ ਬੋਲਣਾ ਨਾ ਹਾਂ ਥੋੜਾ ਬਾਅਦ ਚਲੂ ਨਾ ਨਾ ਕੰਟੀਨਿਊ ਜਿਹੜਾ ਮੇਰਾ ਡਾਇਲੌਗ ਤੋਂ ਬਾਅਦ ਕੱਟ ਹੈ ਮੈਂ ਕੱਟ ਬੋਲੂਗਾ ਠੀਕ ਹੈ ਅੱਛਾ ਮੈਂ ਫਿਰ ਐਵੇਂ ਖੜ ਜਾਣਾ ਚਲੋ ਬਈ ਰੈਡੀ ਪੈਨ ਹੈਗਾ ਯਾਰ ਕਿਸੇ ਕੋਲ ਪੈਨ ਅੰਦਰ ਹੈਗਾ